ਇਹ ਵਿਚਾਰ ਦੇ ਰਹੇ ਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਗਲਤ ਫੈਸਲਾ ਲਿੱਤਾ ਇਹ ਉਹ ਮੋਨੂ ਮਿਸ਼ਰਾ ਦੀ ਗ੍ਰਿਫਤਾਰੀ ਨਹੀਂ ਹੋਈ ਪਈ ਜਾਂ ਕਾਲੀ ਕੀਤੀ ਆ ਵਿਦੇਸ਼ਾਂ ਵਿੱਚ ਉਹ ਵੀ ਇਸ ਤਰ੍ਹਾਂ ਦੀਆਂ ਵੀਡੀਓਸ ਅਸੀਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦੇ ਆ ਸਰਕਾਰਾਂ ਨਾਲ ਮਿਲੀ ਬਿਲਕੁਲ ਨਹੀਂ ਕੋਈ ਸਮਝੌਤਾ ਹੋਇਆ ਕੋਈ ਪੈਸਿਆਂ ਦਾ ਸਮਝੌਤਾ ਨਹੀਂ ਹੋਇਆ ਬਿਲਕੁਲ ਅੱਜ ਵੀ ਸੰਯੁਕਤ ਕਿਸਾਨ ਮੋਰਚਾ ਉਸ ਮੰਤਰੀ ਦੇ ਅਹੁਦੇ ਦੀ ਬਰਖਾਸਤੀ ਦੀ ਮੰਗ ਕਰਦਾ ਨਹੀਂ ਹੁੰਦੀ ਉਸ ਦੀ ਗ੍ਰਿਫਤਾਰੀ ਪ੍ਰਸ਼ਾਸਨ ਯੋਗੀ ਸਰਕਾਰ ਨਹੀਂ ਕਰਦਾ ਤਾਂ ਵੱਡਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾਊਗਾ ਪੂਰੀ ਯੂਪੀ ਦੀਆਂ ਸੰਗਤਾਂ ਇਕੱਠੀਆਂ ਹੋਣਗੀਆਂ ਪੂਰੇ ਦਿਨ ਅੰਤ ਤਮ ਤੱਕ ਲੜਾਈ ਲੜਦੇ ਰਹਾਂਗੇ ਜੇ ਉਸ ਮੰਤਰੀ ਦੇ ਮੁੰਡੇ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਭੋਗ ਵਾਲੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜੋ ਬੜੀ ਹੀ ਦੁਖਦਾਈ ਘਟਨਾ ਲਖੀਮਪੁਰ ਖੀਰੀ ਤੇ ਬੈਰਾਇਜ ਵਿੱਚ ਵਰਫਰੀ ਸੀ ਉਸ ਦਿਨ ਤਿਕੁੰਨੀਆਂ ਵਿੱਚ ਦਾਸ ਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਕਿਉਂਕਿ ਪੰਜਾਬ ਤੋਂ ਚੱਲੇ ਸੀ ਸ਼ਹੀਦ ਭਗਤ ਸਿੰਘ ਨਗਰ ਤੋਂ ਤੁਰੰਤ ਜਦੋਂ ਖਬਰ ਮਿਲੀ ਸੰਯੁਕਤ ਕਿਸਾਨ ਮੋਰਚੇ ਦੇ ਹੁਕਮ ਤੇ ਰਾਤੋਂ ਰਾਤ ਲਖੀਮਪੁਰ ਖੀਰੀ ਪਹੁੰਚੇ ਆ ਤੇ ਜੋ ਤਕੁਨੀਆਂ ਦੇ ਵਿੱਚ ਉਸ ਵੇਲੇ ਮਾਹੌਲ ਸੀ 50000 ਦੇ ਕਰੀਬ ਉੱਥੇ ਸੰਗਤਾਂ ਪਹੁੰਚ ਚੁੱਕੀਆਂ ਸੀ ਤੇ ਜੋ ਪਹਿਲੇ ਦਿਨ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਕਿਸਾਨ ਆਗੂਆਂ ਦੀ ਜਿਹਦੇ ਵਿੱਚ ਦੋ ਆਗੂ ਸਹਿਬਾਨ ਅਸੀਂ ਪੰਜਾਬ ਤੋਂ ਹਰਿਆਣੇ ਤੋਂ ਸ੍ਰੇਸ਼ ਕੌਜ ਜੀ ਸ਼ਰੀਰਕੇਟ ਗਾਜ ਜੀ ਯੂਪੀ ਤੋਂ ਜਸਵੀਰ ਸਿੰਘ ਬਿਰਕ ਮਾਂਗੜ ਜੀ ਤੇ ਹੋਰ ਕਿਸਾਨ ਆਗੂ ਵੀ ਸ਼ਾਮਲ ਸੀ ਤੇ ਵੱਡੇ ਪੱਧਰ ਤੇ ਕਿਸਾਨ ਦੂਰੋਂ ਦੂਰੋਂ ਪੂਰੇ ਯੂਪੀ ਤੋਂ ਉੱਥੇ ਪਹੁੰਚ ਚੁੱਕੇ ਸੀ ਪੰਜਾਬ ਹਰਿਆਣੇ ਤੋਂ ਵੀ ਪਹੁੰਚੇ ਹੋ ਸੀ ਸੋ ਉਸ ਵੇਲੇ ਜੋ ਮੌਕੇ ਤੇ ਫੈਸਲਾ ਹੋਇਆ ਸਾਰਿਆਂ ਦੀ ਸਰਬਸੰਮਤੀ ਨਾਲ ਹੋਇਆ ਤੇ ਜੋ ਪਰਿਵਾਰਕ ਮੈਂਬਰ ਵਿੱਚ ਸੀ ਬਾਬਾ ਨੂਬ ਸਿੰਘ ਜੀ ਦੀ ਮੌਜੂਦਗੀ ਵਿੱਚ ਹੋਇਆ ਉਸ ਤੋਂ ਬਾਅਦ ਜੋ ਪੂਰੀ 2 ਤੋਂ 3 ਦਿਨ ਜੋ ਜਿੱਥੇ-ਜਿੱਥੇ ਵੀ ਸੰਸਕਾਰ ਹੋਇਆ ਉਹਨਾਂ ਸ਼ਹੀਦਾਂ ਦਾ ਜੋ ਇਹਨਾਂ ਵਿੱਚੋਂ ਸਾਡੇ ਦਲਜੀਤ ਸਿੰਘ son of ਹਰੀ ਸਿੰਘ ਮਝਹਾਰਣ ਨਾਨਪਾਰ ਬਹਿਰਾਇਚ ਇੱਕ ਸਾਡੇ ਵੀਰ ਲਵਪ੍ਰੀਤ ਸਿੰਘ ਚੌਖੜਾ ਫਾਰਮ ਪੱਲਿਆ ਲਖੀਨਪੁਰ ਗੁਰਵਿੰਦਰ ਸਿੰਘ son of ਸੁਖਵਿੰਦਰ ਸਿੰਘ ਮਕਰੋਨੀਆ ਨਾਨ ਨਾਨਪਾਰਾ ਬੈਰਾਈਜ ਜੋ ਇਸ ਨੌਜਵਾਨ ਦੇ ਦੁਆਰਾ ਸਨਸਕਾਰ ਪੋਸਟਮਾਰਟਮ ਕਰਨ ਦੀ ਲੋੜ ਪਈ ਜੋ ਸ਼ੰਕਾ ਜ਼ਾਹਰ ਕੀਤੀ ਸੀ ਪਰਿਵਾਰ ਵੱਲੋਂ ਤੇ ਸਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਵੀ ਉੱਥੇ ਮੌਜੂਦ ਸੀ ਮੌਕੇ ਤੇ ਟਕੈਤ ਸਾਹਿਬ ਵੀ ਸੀ ਸੀ ਬਿਰਕ ਸਾਹਿਬ ਵੀ ਸੀ ਦੁਆਰਾ ਪ੍ਰਸ਼ਾਸਨ ਨੇ ਸਹਿਮਤੀ ਦੇ ਨਾਲ ਦੁਆਰਾ ਪੋਸਟਮਾਰਟਮ ਕੀਤਾ ਗਿਆ ਤੇ ਨਖਲੌ ਤੋਂ ਟੀਮ ਗਈ ਡਾਕਟਰਾਂ ਦੀ ਪਰਿਵਾਰਕ ਮੈਂਬਰ ਮजूद ਸੀ ਦੋ ਮੈਂਬਰ ਸਹਿਬਾਨ ਉਹਨਾਂ ਦੇ ਨੌਜਵਾਨ ਗੁਰਵਿੰਦਰ ਸਿੰਘ ਦੇ ਚਾਚਾ ਜੀ ਤੇ ਬ੍ਰਦਰ ਤੇ ਦੋ ਜੋ ਪਰਿਵਾਰ ਦੀ ਸਹਿਮਤੀ ਨਾਲ ਲਖੀਮਪੁਰ ਤੋਂ ਡਾਕਟਰ ਸਹਿਬਾਨ ਆਏ ਸੀ ਉਹਨਾਂ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਹੋਇਆ ਬਿਰਖ ਜੀ ਵੀ ਮਜਬੂਦ ਮੌਜੂਦ ਸੀ ਤੇ ਜਦੋਂ ਸਭ ਦੀ ਸੰਤੋਸ਼ਟੀ ਹੋਈ ਉਸ ਤੋਂ ਬਾਅਦ ਹੀ ਨੌਜਵਾਨ ਗੁਰਵਿੰਦਰ ਸਿੰਘ ਦਾ ਸੰਸਕਾਰ ਕੀਤਾ ਗਿਆ ਨਿਸ਼ੱਤਰ ਸਿੰਘ ਜੋ ਸਾਡੇ ਬਜ਼ੁਰਗ ਲਖੀਮਪੁਰ ਨਾਮਦਰ ਪੁਰਵਾ ਦਰਾੜਾ ਲਖੀਮਪੁਰ ਤੇ ਇੱਕ ਸਾਡਾ ਪੱਤਰਕਾਰ ਵੀਰ ਰਮਨ ਕਸ਼ਬ ਨਿਕਾਸਣ ਲਖੀਮਪੁਰ ਖੀਰੀ ਜੋ ਪੰਜ ਕਿਸਾਨਾਂ ਦੀ ਉੱਥੇ ਸ਼ਹੀਦੀ ਹੋਈ ਬੜੀ ਹੀ ਜ਼ਾਲਮ ਮੋਦੀ ਸਰਕਾਰ ਨੇ ਜੋ ਅਤਿਆਚਾਰ ਉੱਥੇ ਦੇ ਜਿਹੜਾ ਉਹਨਾਂ ਦਾ ਗੁੰਡਾ ਮੰਤਰੀਆ ਸੈਂਟਰ ਦਾ ਉਸਦੇ ਬੇਟੇ ਵੱਲੋਂ ਬੜਾ ਉਹ ਸਾਰੇ ਦੁਨੀਆ ਜਾਣਦੀ ਆ ਵੀਡੀਓ ਵਾਇਰਲ ਹੋ ਚੁੱਕੀ ਆ ਸੋ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਹੀ ਸੰਜਮਣਾ ਔਰ ਸੂਝਵਾਨ ਸੂਝਵਾਨੀ ਤੋਂ ਫੈਸਲਾ ਲੈਂਦੇ ਹੋਏ ਸਾਰੇ ਸੰਗਤਾਂ ਦੀ ਸਹਿਮਤੀ ਨਾਲ ਪਰਿਵਾਰਾਂ ਦੀ ਸਹਿਮਤੀ ਨਾਲ ਜੋ ਵੀ ਮੌਕੇ ਤੇ ਤਿਕੁੰਨੀਆਂ ਮੀਟਿੰਗ ਹੋਈ ਫੈਸਲਾ ਹੋਇਆ ਸਾਰੇ ਦੀ ਸਹਿਮਤੀ ਨਾਲ ਹੋਇਆ ਕਿਸੇ ਬਹੁਤ ਮੈਨ ਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ ਜਦੋਂ ਅਸੀਂ ਕੱਲ ਇੱਥੇ ਸਿੰਘੂ ਬਾਰਡਰ ਤੇ ਸਵੇਰੇ ਤੜਕੇ ਪਹੁੰਚੇ ਹਾਂ ਬਹੁਤ ਵੀਡੀਓ ਇਸ ਤਰ੍ਹਾਂ ਦੀਆਂ ਆਈਆਂ ਕਈ ਪੰਜਾਬ ਤੋਂ ਵੀਰ ਇਹ ਵਿਚਾਰ ਦੇ ਰਹੇ ਆਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਗਲਤ ਫੈਸਲਾ ਲਿੱਤਾ ਇਹ ਉਹ ਮੋਨੂ ਮਿਸ਼ਰਾ ਦੀ ਗ੍ਰਿਫਤਾਰੀ ਨਹੀਂ ਹੋਈ ਪਈ ਕਾਲੀ ਕੀਤੀ ਆ ਵਿਦੇਸ਼ਾਂ ਵਿੱਚ ਉਹ ਵੀ ਇਸ ਤਰ੍ਹਾਂ ਦੀਆਂ ਵੀਡੀਓਸ ਆ ਅਸੀਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦੇ ਆ ਕੋਈ ਕਾਲੀ ਨਹੀਂ ਕੀਤੀ ਗਈ ਕੋਈ ਇੱਕ ਤਰਫਾ ਫੈਸਲਾ ਨਹੀਂ ਸੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਪਰਿਵਾਰਾਂ ਦੀ ਸਹਿਮਤੀ ਦਾ ਸਾਰਾ ਕੁਝ ਸਭ ਕੁਝ ਸਰਬਸੰਮਤੀ ਨਾਲ ਹੋਇਆ ਆਪਸ ਵਿੱਚ ਸੰਤੁਸ਼ਟੀ ਪ੍ਰਗਟਾਉਣ ਤੋਂ ਬਾਅਦ ਚ ਹੋਇਆ ਤੇ ਜੋ ਗੱਲ ਹੈ ਇਹ ਸੰਸਕਾਰ ਛੇਤੀ ਕਰਨ ਦੀ ਅਸੀਂ ਕਿਸੇ ਵੀ ਸਾਡੇ ਸ਼ਹੀਦ ਦੇ ਪਰਿਵਾਰ ਨਾਲ ਜਾਂ ਬੋਡੀ ਨਾਲ ਉਹ ਸਿਆਸਤ ਨਹੀਂ ਕਰਨੀ ਚਾਹਦੇ ਉਹ ਗੰਦੀ ਸਿਆਸਤ ਜੋ ਰਾਜਨੀਤਿਕ ਲੋਕ ਕਰਦੇ ਨੇ ਜੋ ਆਪਣੀਆਂ ਰੋਟੀਆਂ ਵਗੈਰਾ ਸੇਕਦੇ ਨੇ ਅਸੀਂ ਬੜੀ ਹੀ ਸੰਜਮ ਤੋਂ ਕੰਮ ਲੈ ਕੇ ਜਾ ਪੰਜੇ ਪਰਿਵਾਰਾਂ ਦੇ ਖੁਦ ਨਾਲ ਜਾ ਕੇ ਸੰਸਕਾਰ ਕਰਵਾ ਕੇ ਆਏ ਆ ਪਰਿਵਾਰਾਂ ਨਾਲ ਮਿਲ ਕੇ ਆਏ ਆ ਦੁੱਖ ਸਾਂਝਾ ਕਰਕੇ ਆਏ ਆ ਸ਼੍ਰੀ ਰਕੇਟ ਕੈਜੀ ਵੀ ਨਾਲ ਸੀ ਮੈਂ ਖੁਦ ਤਿੰਨ ਦਿਨ ਨਾਲ ਰਹਾ ਤੇ ਰੋਲਦਾਸ ਨੂੰ ਮਾਨਸਾ ਵੀ ਪਹੁੰਚੇ ਨੇ ਤੇ ਬਹੁਤ ਪੱਤਰਕਾਰ ਵੀ ਇਹ ਵੀ ਸਵਾਲ ਪੁੱਛ ਚੱਕਦੇ ਨੇ ਕਿ ਪੰਜਾਬ ਦੇ ਆਗੂ ਸਹਿਵਾਨ ਨਹੀਂ ਪਹੁੰਚੇ ਚੜੂਨੀ ਸਾਹਿਬ ਨਹੀਂ ਪਹੁੰਚੇ ਜਾਂ ਹੋਰ ਆਗੂ ਸਹਿਵਾਨ ਨਹੀਂ ਪਹੁੰਚੇ ਦੇਖੋ ਅਸੀਂ ਉਸੇ ਵਕਤ ਜਦੋਂ ਇਹ ਦੁਰਘਟਨਾ ਵਾਪਰੀ ਅਸੀਂ ਉਸੇ ਤਰ੍ਹਾਂ ਚੱਲ ਪਏ ਸੀ ਜਿੱਦਾਂ ਟਕੈਸ ਸਾਹਿਬ ਆਪਣੇ ਗਾਜੀਪੁਰ ਬਾਰਡਰ ਤੋਂ ਚੱਲ ਪਏ ਸੀ ਅਸੀਂ ਪੰਜਾਬ ਤੋਂ ਚੱਲ ਪਏ ਸਕੇ ਜਿਸ ਤਰ੍ਹਾਂ ਹੀ ਰਾਜੇਵਾਲ ਸਾਹਿਬ ਨਾਲ ਜਾਂ ਹੋਰ ਆਗੂਆਂ ਨਾਲ ਗੱਲਬਾਤ ਹੋਈ ਅਸੀਂ ਪਹੁੰਚ ਗਏ ਆ ਰੇਲ ਰਾਹੀਂ ਪਹੁੰਚ ਗਏ ਆ ਕਿਸੇ ਤਰ੍ਹਾਂ ਪਹੁੰਚ ਗਏ ਆ ਵੱਡੀ ਪੱਦਰ ਤੇ ਸੰਗਤ ਉੱਥੇ ਪਹੁੰਚੀ ਆ ਪਰ ਹੁਣ ਕੁਝ ਲੋਕਾਂ ਵੱਲੋਂ ਕਿੰਤੂ ਪ੍ਰੰਤੂ ਕਰਨਾ ਸੰਯੁਕਤ ਕਿਸਾਨ ਮੋਰਚੇ ਤੇ ਆਗੂ ਸਹਿਬਾਨਾਂ ਤੇ ਜਾਂ ਸਰਕਾਰਾਂ ਨਾਲ ਮਿਲੀ ਬਿਲਕੁਲ ਨਹੀਂ ਕੋਈ ਸਮਝੌਤਾ ਹੋਇਆ ਕੋਈ ਪੈਸਿਆਂ ਦਾ ਸਮਝੌਤਾ ਨਹੀਂ ਹੋਇਆ ਬਿਲਕੁਲ ਅੱਜ ਵੀ ਸੰਯੁਕਤ ਕਿਸਾਨ ਮੋਰਚਾ ਉਸ ਮੰਤਰੀ ਦੇ ਅਹੁਦੇ ਦੀ ਬਰਖਾਸਤੀ ਦੀ ਮੰਗ ਕਰਦਾ ਮੋਦੀ ਸਰਕਾਰ ਉਸ ਨੂੰ ਬਰਖਾਸਤ ਕਰੇ ਤੇ ਜੋ ਉਸ ਦਾ ਮੁੰਡਾ ਆ ਉਸ ਨੂੰ ਜਿਸ ਨੇ 5.9 ਕਿਸਾਨਾਂ ਨੂੰ ਪੱਤਰਕਾਰ ਵੀਰ ਸਮੇਤ ਜੋਨਾ ਵੀਰਾਂ ਨੂੰ ਦਰੜ ਕੇ ਆਪਣੀ ਗੱਡੀ ਦੇ ਥੱਲੇ ਮਾਰਿਆ ਪੂਰੀ ਦੁਨੀਆ ਨੇ ਦੇਖਿਆ ਉਸ ਤੇ ਤੁਰੰਤ ਜੋ ਐਫ ਆਰ ਆਈ ਲਾਂਚ ਹੋਈ ਆ 302 ਉਹਦੇ ਮੁਤਾਬਕ ਤੁਰੰਤ ਪ੍ਰਸ਼ਾਸਨ ਉਸ ਨੂੰ ਗ੍ਰਿਫਤਾਰ ਕਰੇ ਇਸ ਤੋਂ ਘੱਟ ਕੁਝ ਨਹੀਂ ਮਨਜ਼ੂਰ ਜਿਸ ਤਰ੍ਹਾਂ 6 ਦਿਨਾਂ ਦਾ ਭੋਗ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਆ ਉਦੋਂ ਤੱਕ ਜੇ ਗ੍ਰਿਫਤਾਰੀ ਉਹਦੀ ਮਿਸ਼ਰੇ ਦੀ ਮੋਨੂ ਮੁਸ਼ਰਾ ਜੋ ਹੈਗਾ ਉਸ ਦਾ ਬੇਟਾ ਉਸ ਦੀ ਮੀਟਿੰਗ ਗ੍ਰਿਫਤਾਰੀ ਨਹੀਂ ਹੁੰਦੀ ਉਸ ਦੀ ਗ੍ਰਿਫਤਾਰੀ ਪ੍ਰਸ਼ਾਸਨ ਯੋਗੀ ਸਰਕਾਰ ਨਹੀਂ ਕਰਦਾ ਤਾਂ ਵੱਡਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾਊਗਾ ਪੂਰੀ ਜੁਪੀ ਦੀਆਂ ਸੰਗਤਾਂ ਇਕੱਠੀਆਂ ਹੋਣਗੀਆਂ ਪੂਰੇ ਦੇਸ਼ ਦੀਆਂ ਸੰਗਤਾਂ ਇਕੱਠੀਆਂ ਹੋਣਗੀਆਂ ਸੋ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਇਸ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਈਆਂ ਜਾਣ ਕਿਉਂਕਿ ਖੁਦ ਉਸ ਪਰਿਵਾਰਾਂ ਨੂੰ ਦੇਖ ਕੇ ਆਏ ਆਂ ਮਿਲ ਕੇ ਆਏ ਆਂ ਜੋ ਸਾਡੇ ਪਰਿਵਾਰ ਐਨੇ ਪੰਜਾਬੀ ਭਾਈਚਾਰੇ ਬੜੇ ਹੀ ਸੰਜਮ ਚ ਐਨੇ ਐ ਸਹਿਨਸ਼ੀਲਤਾ ਵਾਲੇ ਪਰਿਵਾਰ ਅਸੀਂ ਉਹਨਾਂ ਨੂੰ ਇਹ ਸੋਚ ਕੇ ਸਾਨੂੰ ਦੁੱਖ ਲੱਗਦਾ ਵੀ ਇੱਕ ਛੋਟਾ ਕਿਸਾਨ ਚਾਰ ਕਨਾਲ 1 ਏਕੜ ਵੀ ਜ਼ਮੀਨ ਆ ਉਹਨਾਂ ਕਿਸਾਨ ਵੀਰਾਂ ਦੀ ਫਿਰ ਵੀ ਉਹਨਾਂ ਨੇ ਦੇਸ਼ ਦੀ ਖਾਤਰ ਕਿਸਾਨੀ ਦੀ ਖਾਤਰ ਸ਼ਹੀਦੀ ਵਿੱਚ ਔਰ ਇਸ ਕਿਸਾਨੀ ਲੜਾਈ ਵਿੱਚ ਐਡਾ ਵੱਡਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਬਿਲਕੁਲ ਕਾਰਵਾਈ ਕਰਾ ਕੇ ਹਟਾਂਗੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਪਰਿਵਾਰਾਂ ਦੇ ਨਾਲ ਆ ਪੂਰੇ ਦੇਸ਼ ਦਾ ਕਿਸਾਨ ਉਹਨਾਂ ਦੇ ਨਾਲ ਆ ਜੋ ਇੱਕ ਇੰਤੂ ਪ੍ਰੰਤੂ ਕਰਨੀਆਂ ਕਈ ਨਿੱਜੀ ਵਿਅਕਤੀਆਂ ਵੱਲੋਂ ਉਹਨਾਂ ਨੂੰ ਵੀ ਤਾੜਨਾ ਕਰਦੇ ਆ ਕਿ ਇਹ ਬਿਨਾ ਸੋਚੇ ਸਮਝੇ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਈਆਂ ਜਾਣ ਸੰਯੁਕਤ ਕਿਸਾਨ ਮੋਰਚਾ ਔਰ ਉਸ ਜਿੰਨੇ ਵੀ ਉਸ ਦੇ ਆਗੂ ਸਹਿਬਾਨ ਆ ਚਾਹੇ ਪੰਜਾਬ ਦੇ ਆ ਚਾਹੇ ਯੂਪੀ ਤੋਂ ਆ ਚਾਹੇ ਹਰਿਆਣੇ ਤੋਂ ਆ ਉਹਨਾਂ ਪਰਿਵਾਰਾਂ ਦੇ ਨਾਲ ਹਰ ਵੇਲੇ ਖੜਾ ਆ ਔਰ ਖੜਾ ਰਹੂਗਾ ਆਖੰਤਮ ਤੱਕ ਲੜਾਈ ਲੜਦੇ ਰਹਾਂਗੇ ਜੇ ਉਸ ਮੰਤਰੀ ਦੇ ਮੁੰਡੇ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਭੋਗ ਵਾਲੇ ਦਿਨ ਵੱਡਾ ਐਲਾਨ ਕਰਕੇ ਆਵਾਂਗੇ ਜੋ ਉਥੇ ਲਖੀਮਪੁਰ ਖੀਰੀ ਉਹਨਾਂ ਸੀਦਾਂ ਦਾ ਭੋਗ ਪਾਊਗਾ ਸੋ ਇਨੀਆਂ ਬੇਨਤੀਆਂ ਜੋ ਵੀ ਅਪਡੇਟ ਹੋਊਗੀ ਇਸੇ ਤਰ੍ਹਾਂ ਦੱਸਦੇ ਰਾਂਗੇ ਪੰਜੇ ਪਰਿਵਾਰਾਂ ਦਾ ਸੰਸਕਾਰ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਪਰਿਵਾਰਾਂ ਨਾਲ ਮਿਲ ਕੇ ਸਾਰੀ ਗੱਲਬਾਤ ਕਰਕੇ ਸ਼੍ਰੀ ਰਕੇਟ ਕੈ ਜੀ ਔਰ ਖੁਦ ਮੈਂ ਕੁਲਦੀਪ ਸਿੰਘ ਵਜੀਦਪੁਰ ਸਾਰੇ ਹੀ ਘਟਨਾ ਕਰਮ ਦੇ ਸਾਰਾ ਕੁਝ ਲੋਕਾਂ ਨੂੰ ਮਿਲ ਕੇ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਫੈਸਲੇ ਹੋਏ ਨੇ ਸੋ ਇਸ ਤਰ੍ਹਾਂ ਦੀਆਂ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਇੱਕ ਵਾਰਨਿੰਗ ਦਿੰਦੇ ਆਂ ਕਿ ਇਸ ਤਰ੍ਹਾਂ ਦਾ ਇਸ ਅੰਦੋਲਨ ਦਾ ਇਸ ਦੇਸ਼ ਦਾ ਔਰ ਮਾਹੌਲ ਨਾ ਬਗਾੜਿਆ ਜਾਵੇ ਸੋ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ